लो भी दोस्तों आ वीर नूं बकरी निकली आ करा दे विच दो पट्ठा सामने तुसीं देख रहे हो। चलो जी ते ओ वीर नूं अज आपां खड़े आ सूरे वाला बकरा मंडी ते जिहड़ी हर एतवार लगदी आ बाईआं वांगू इक लक्की ड्रा चलाया गया सी जिहदा कि अज लास्ट दिन सी ते अज जिहड़ी इह बकरी आ ओह निकली आ ते बकरी इस बाई नूं निकली आ। बाई नाल गल्लबात करांगे कमेटी नाल खड़ी आ कमेटी नाल गल्लबात करांगे। तो बहुत वधिया जिहड़ा आपणे सारे चैनलों से लाइव चलिया लक्की ड्रा बिना किसी पक्षपात तो भाई जी पहले तो तुम्हें सूट पहन के रही किमें लग्या मंडी का लक्की ड्रा का भाई कदम सच अज ही सुबह भाई ठीक है लग्या थोड़ा कोई पक्षपात नहीं होया लोड़वंद परिवार से पहले तो दस दिन साढ़े नौ बई नधाइया लोड़वंद परिवार से बई बई निकली है खुशी की गल आ दो बकरी बई जी पवन करे ये बकरी जो ली थी तुम दसवें की डिटेल माड़ा जो सूट वाली सी या सूट ਵੀਕ ਦਿਨ ਰਹਿੰਦੇ ਸੀ ਸੂਟ ਦੇ ਵਿੱਚ ਆਪਾਂ ਕਿਹਾ ਸੀ ਆਪਾਂ ਛੱਪਣ ਲਵਾਂਗੇ ਬੱਕਰੀ ਆਪਾਂ ਨੂੰ ਤਿੰਨ ਮਹੀਨਾ ਤੋਂ ਉੱਪਰ ਉੱਪਰ ਮਿਲ ਜੇ ਜੀ ਪਰ ਆਪਾਂ ਨੂੰ ਜਮਾਂ ਦਿਨਾਂ 'ਤੇ ਸੂਟ ਵਾਲੀ ਮਿਲ ਗਈ ਹੁਣ ਬੱਕਰੀ ਵੀ ਭਾਅ ਦੇ ਵਿੱਚ ਮਿਲ ਗਈ ਸੀਗੀ ਜੀ ਠੀਕ ਹੈ ਜਾਣੀ ਕਿ ਜਿੰਨਾ ਕੁ ਆਪਣਾ ਬਾਇਸ ਸੀਗਾ ਪੁੰਨੇ ਕੇ ਪੈਸੇ ਤਾਂ ਲਾ ਦਿੱਤੀ ਬੱਕਰੀ ਦੇ 25,000 ਰੁਪਏ ਨੇ ਬੱਕਰੀ ਦਿੱਤੀ ਹੈ ਬੱਕਰੀ ਜੀ ਮਗਰ ਇਹਨੇ ਦੋ ਆਪ ਬੂਟੇ ਰੰਗ ਦੀਆਂ ਬੱਕਰੀਆਂ ਦਿੱਤੀਆਂ ਆਪਣੀ ਪਹਿਲਾਂ ਤਾਂ ਸੋਚ ਇਹ ਸੀਗੀ ਵੀ ਜਾਂ ਕਿਸੇ ਗਰੀਬ ਪਰਿਵਾਰ ਨੂੰ ਬੱਕਰੀ ਨਿਕਲੇ ਜਾਂ ਕਿਸੇ ਕੋਲ ਬੱਕਰੀ ਹੈ ਨਹੀਂ ਉਸ ਵੀਰ ਨੂੰ ਨਿਕਲੇ ਉਹਨੂੰ ਵੀ ਅੱਗੇ ਬੱਕਰੀ ਪਾਲਣ ਦੇ ਧੰਦੇ ਦੇ ਨਾਲ ਸ਼ੌਂਕ ਪਵੇ ਬੱਕਰੀ ਪਾਲਣ ਦਾ ਜਿਵੇਂ ਬਾਈ ਕਰਨੈਲ ਕੋਲ ਪਹਿਲਾਂ ਤਾਂ ਹੈ ਨਹੀਂ ਬਾਈ ਜੀ ਕੋਈ ਕੋਈ ਬੱਕਰੀ ਸੀ ਬਾਈ ਨੂੰ ਡਰਾਂ ਦੇ ਵਿੱਚ ਨਿਕਲੀ ਨਾ ਤਾਂ ਬਾਈ ਵੇਚੇ ਬਾਈ ਨੂੰ ਅੱਗੇ ਵੀ ਸ਼ੌਂਕ ਪੈਦਾ ਹੋਊ ਬੱਕਰੀ ਪਾਲਣ ਮੈਂ ਵੇਖਿਆ ਬਾਈ ਨੂੰ 25,000 ਲੱਗਿਆ ਤਾਂ ਬਾਈ ਕਹਿੰਦਾ ਨਹੀਂ ਦੇਣੀ ਹਾਂਜੀ ਉਹ ਤਾਂ ਹਜੇ ਡੇਢ ਦੋ ਮਹੀਨੇ ਪਏ ਸੀ ਸੂਟ ਤੇਰੇ ਆਪਣੇ ਬੋਲੀ ਦੇ ਉੱਤੇ ਲੱਗਿਆ ਸੀ ਬਾਈ ਕਰੀ 23,000 ਠੀਕ ਹੈ ਆਪਾਂ 25 ਦੀ ਲਈ ਠੀਕ ਹੈ ਸੋ ਦਿਲੋਂ ਧੰਨਵਾਦ ਆ ਕਮੇਟੀ ਦਾ ਜਿਹੜੀ ਇਹੋ ਜਿਹੇ ਉਪਰਾਲੇ ਜਿਹੜੇ ਕਰਦੇ ਰਹਿੰਦੇ ਆ ਸੋ ਅਸੀਂ ਬਾਈਆਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਅੱਗੇ ਵੀ ਕਿਸੇ ਗਰੀਬ ਦੀ ਕਿਸੇ ਵੀ ਬਹਾਨੇ ਦੇ ਨਾਲ ਸਮਝ ਲਓ ਲੱਕੀ ਭਰਾ 'ਚ ਮਦਦ ਕਰਦੇ ਰਹੋ ਜੋ ਦਿਲੋਂ ਧੰਨਵਾਦ ਆ ਕਮੇਟੀ ਦਾ ਅਤੇ ਜਿੰਨੇ ਵੀ ਭਰਾ ਇੱਥੇ ਆਉਂਦੇ ਆ ਜ਼ਰੂਰ ਪਹੁੰਚਿਆ ਕਰੋ ਹਰ ਐਤਵਾਰ ਸੂਰੇ ਵਾਲਾ ਮੰਡੀ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਲੱਗਦੀ ਆ ਮੰਡੀ ਦਾ ਮਾਹੌਲ ਭਾਈ ਮੰਡੀ ਕਿਵੇਂ ਲੱਗਦੀ ਆ ਤੁਸੀਂ ਪਿੰਡ 'ਚ ਪਹਿਲਾਂ ਆਉਂਦੇ ਹੁੰਦੇ ਸੀ ਐਂ ਸੀਗਾ ਮੰਡੀ 'ਤੇ ਆ ਕੇ ਯਾਰ ਵੀ ਕੋਈ ਨਾਗ ਲੈਣਾ चल 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 नमेट अपने घरा ਲੈ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਦੇ ਬੱਕਰੇ ਦਾ ਸੌਦਾ ਹੋਣ ਲੱਗਾ ਬਾਈ ਨੇ ਮੰਗਿਆ 10,000 ਅਤੇ ਨਿਮਾ ਮਖਰਾਈ ਲਾ ਰਿਹਾ 5,000 ਰੁਪਇਆ ਸਟਾਰਟ ਕੀਤਾ ਅਤੇ ਦੇਖਦੇ ਹਾਂ ਕੀ ਬਣਦਾ ਦੋਸਤੋ ਹਾਂ ਵੀ ਹਾਂ ਨਿਮੇ ਸਾਢੇ 5,000 ਰੁਪਇਆ ਲਾਦਾ ਨਿਮੇ ਨੇ ਜੀ ਉਹ ਕੋਈ ਨੀ ਫੇਰ ਕੀ ਆ ਫੇਰ ਕੀ ਹੁੰਦਾ ਹਾਂ ਮੈਂ ਕਿਹੜਾ ਪੂਣੀਆਂ ਨਵੇੜੋ ਯਾਰ ਕੰਮ ਕਿੱਡਾ ਕੇਸ ਆ ਇਹ ਕੱਢ ਪੈਸੇ ਸੌਦਾ ਹੋ ਵੀ ਗਿਆ ਹੁਣ ਤੁਸੀਂ ਆਜਾ ਆਜਾ ਬੋਰਡ ਆਜਾ ਲੈ ਇਹਨਾਂ ਦਾ ਹੀ ਲੋਡ ਚੱਲ ਸੂਰੇ ਵਾਲਾ ਮੰਡੀ ਕਾਲੇ ਦਾ ਕੇਸ ਬਹੁਤ ਲੰਮਾ ਅੜਿਆ ਪਿਆ ਕੇਸ ਬਹੁਤ ਲੰਮਾ ਜਦੋਂ ਜਦਾਈ ਦਾ ਕੰਮ ਚੱਲੀ ਜਾਂਦਾ ਵੇਖੀ ਚੱਲੋ ਵੀ ਕੀ ਬਣਦਾ ਹੁਣ ਪਾਸੇ ਹੋ ਜਾ ਹੁਣ ਪਾਸੇ ਹੋ ਜਾ ਬਈ ਓਏ ਸੁਖੇ ਪਾਸੇ ਹੋ ਜਾ ਕਰਾ ਹਾਂ ਨਵੇੜ ਕੰਮ ਨਿਮਿਆ ਕਿੰਨੇ ਦਾ ਕਿੰਨੇ ਬਾਈ ਕਿੰਨੇ ਮੰਗਦਾ ਦਸ ਹਜ਼ਾਰ ਰੁਪਇਆ ਮੰਗਦਾ ਬਾਈ ਦਾ 12,000 ਬਾਈ ਥੱਲੇ ਨਾ ਕਰ ਲੋ ਥੱਲੇ ਆ ਜਦਾ ਵਾਲਾ ਕਿੰਨੇ ਕਹਿੰਦਾ ਬਈ ਜਮਾ ਸਹੀ ਆਨੇ ਵਾਲੀ ਥਾਂ ਤੇ ਆ ਜਾ ਇਹ ਤਾਂ ਲੇਟ ਹੀ ਆ ਬਸ ਹੋਰ ਵਾਲਾ ਯਾਰ ਨਿੰਮੇ 50,000 ਰੁਪਏ
गिनते हजार करके हजार करके गिनी कला कला छा चंगी गल कैश को रखनी भी नहीं चाहिए चोरी का भी डर बहुत रहा इसे करके कैश ना भी लेके आया करो चुप करके गूगल पे कर दिया करो बहुत वधिया तरीका नाले किसी का डर नहीं रहना चोरी का डर बहुत वधिया तरीका होर की नाले अकाउंट बैलेंस का पता लगता रहा कि पे आ शेयर कर दे करो दोस्तों मिलते दोस्तों लाइव दोस्तों सूरे आला बकरा मंडी ते बारह नगा दा सौदा शुरू होन लगा देख सकते चार पांच नगा खड़े है ते बाकी ओ उतले पासे दोस्तों दिखाउणे तुहानू ते सारे हैगे दोस्तों बारह नगा आ सूरियां बकरियां दे बच्चे है विच दो बच्चे है देख सकते हैं बच्चे विखा दे जेडे दोस्त भीर अपने चैनल नूं पहली बारी वेख रहे चैनल नूं कर लो सबसक्राइब ते नाल लगदा बैल दा निशान दोस्तों उहनूं आल ते सैट कर लो तां कि तुहाडे कोल आउण वाली नवीं वीडियो नोटिफिकेशन पहुंच सके ढेरी दा सौदा होण लगा दोस्तों एक लाख पच्ची हजार दोस्तों बारह नगा ना मुल किया ला भी निम्या हूं मासड़ जी मासड़ जी मासड़ जी भाई जी ला रहे हैं 50000 रुपया ठीक है कोई फर्क नहीं बाला फिर 50 50 है 50000 ला रहे हैं भाई जी 50000 रुपया ला दा पच्ची मिलूगा ना तेरा लाया बाई ने 50000 ठीक है पापा बाई ने 51 फिर तू दस थले आ फिर थोड़ा जा थले राह दे चार एक भी दे दूंगा
ਤਰਵੰਜਾ ਹਜ਼ਾਰ ਰੁਪਿਆ ਲਾਤਾ ਠੀਕ ਹੈ ਬਾਈ ਦੇਖ ਲਾ ਜਾਇ ਜਾਇ ਜੇ ਯਾਰ ਦੇਖ ਬਾਈ 60,000 ਰੁਪਿਆ ਲਾਤਾ ਬਾਈ ਅੰਕਲ 60,000 ਰੁਪਿਆ ਲਾਉਣਾ ਬਾਈ 60,000 ਰੁਪਿਆ 12 ਹੁਣ ਬਾਈ ਨੂੰ ਪੁੱਛ ਲੋ ਫਿਰ ਕਿਵੇਂ ਆ ਬਾਈ ਦੱਸ ਦੇ ਯਾਰ ਕੋਈ ਠੀਕ ਆ ਬਾਈ ਹੋਰ ਥੋੜਾ ਜਿਹਾ ਤਾਂ ਰਾਹ ਮਾੜਾ ਮੋਟਾ ਯਾਰ ਜਮਾ ਪਾਸੇ ਜਾ ਕੇ ਰਹਿ ਕਰ ਸਕਦਾ ਪਾਸੇ ਕਰਕੇ ਵੀ ਇੱਥੋਂ ਤੱਕ ਛੱਡਣੇ ਆ ਜੱਸੜ ਸਿਆ।